ਮਾਂ ਦੀ ਗਲਵਕੜੀ 'ਚ ਖੜ੍ਹਾ ਇਹ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਮਨਦੀਪ ਸਿੰਘ ਹੈ, ਜੋ ਕਿ ਪਿਛਲੇ 8 ਮਹੀਨਿਆਂ ਤੋਂ ਆਪਣੇ ਮਾਂ ਬਾਪ ਨੂੰ ਦੇਖਣ ਲਈ ਵਿਦੇਸ਼ ਦੀ ਧਰਤੀ ਉੱਤੇ ਤਰਸ ਰਿਹਾ ਸੀ। ਮਨਦੀਪ ਸਿੰਘ ਸਾਲ 2018 ਦੇ ਅਪ੍ਰੈਲ ਮਹੀਨੇ 'ਚ ਆਪਣੇ ਸੁਨਹਿਰੀ ਭਵਿੱਖ ਦੀ ਆਸ 'ਚ ਮਲੇਸ਼ੀਆ ਗਿਆ ਸੀ। ਮਨਦੀਪ ਸਿੰਘ ਨੂੰ ਦੱਸਿਆ ਗਿਆ ਕਿ ਉਹ ਵਰਕ ਪਰਮਿਟ ਉੱਤੇ ਮਲੇਸ਼ੀਆ ਜਾ ਰਿਹਾ ਹੈ, ਜਦਕਿ ਉਸਦੇ ਪਾਸਪੋਰਟ ਉੱਤੇ ਮਲੇਸ਼ੀਆ ਦਾ 15 ਦਿਨਾਂ ਦਾ ਟੂਰਿਸਟ ਵੀਜ਼ਾ ਲਗਾਇਆ ਗਿਆ ਸੀ। ਜਿਵੇਂ ਹੀ ਮਨਦੀਪ ਸਿੰਘ ਦਾ ਟੂਰਿਸਟ ਵੀਜ਼ਾ ਖਤਮ ਹੋਇਆ, ਉਸ ਨੂੰ ਪਾਕਿਸਤਾਨੀ ਏਜੰਟ ਫੈਜ਼ਲ ਨੇ ਬੰਧਕ ਬਣਾ ਲਿਆ, ਜਿਸ ਤੋਂ ਬਾਅਦ ਇਹ ਨੌਜਵਾਨ ਘਰ ਵਾਪਸ ਜਾਣ ਲਈ ਰੋਂਦਾ ਕੁਰਲਾਉਂਦਾ ਰਿਹਾ। ਪਰ ਜਿਵੇਂ ਜਿਵੇਂ ਦਿਨ ਬੀਤਦੇ ਗਏ, ਉਸ ਉੱਤੇ ਤਸ਼ੱਦਦ ਵੱਧਦੇ ਗਏ। ਆਖਰ 8 ਮਹੀਨੇ ਨਰਕ ਭਰੀ ਜ਼ਿੰਦਗੀ ਜਿਉਣ ਤੋਂ ਬਾਅਦ ਜਦ ਇਹ ਨੌਜਵਾਨ ਸੋਸ਼ਲ ਵਰਕਰ ਅਮਨਜੋਤ ਕੌਰ ਰਾਮੂਵਾਲੀਆ ਦੀ ਮਦਦ ਨਾਲ ਵਾਪਸ ਘਰ ਪਰਤਿਆ, ਤਾਂ ਹੁਣ ਉਹ ਵਿਦੇਸ਼ ਜਾਣ ਦੇ ਨਾਂ ਤੋਂ ਵੀ ਤੋਬਾ ਕਰ ਚੁੱਕਾ ਹੈ। ਭਾਜੀ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵਾਂ। ਅਮਨਜੋਤ ਰਾਮੂਵਾਲੀ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵਾਂ, ਇਹਨਾਂ ਨੇ ਮੈਨੂੰ ਉੱਥੋਂ ਨਰਕ ਦੇ ਵਿੱਚੋਂ ਕੱਢਿਆ ਜੀ। ਭਾਜੀ, ਯੂਥ ਨੂੰ ਇਹੋ ਮੈਸੇਜ ਦੇਣਾ ਚਾਹੂੰਗਾ ਮੈਂ ਕਿ ਨਾ ਉੱਥੇ ਜਾਣ, ਮਲੇਸ਼ੀਆ 'ਤੇ ਬਿਲਕੁਲ ਹੀ ਨਾ ਜਾਣ। ਬਾਕੀ ਜਿਹੜੀ ਕੰਟਰੀ ਦੇ ਵਿੱਚ ਜਾ ਸਕਦੇ ਆ, ਕਿਉਂਕਿ ਬਾਕੀ ਕੰਟਰੀਆਂ ਬੰਦਾ ਭੇਜ ਵੀ ਦਿੰਦੀਆਂ ਨੇ ਅਤੇ ਵੀਜ਼ਾ ਵੀ ਉਹ ਵਧੀਆ ਦਿੰਦੀਆਂ ਨੇ। ਹੁਣ ਘਰ 'ਚ ਕਿਸ ਤਰ੍ਹਾਂ ਦਾ ਮਾਹੌਲ, ਠੀਕ ਹੈ, ਖੁਸ਼? ਨਹੀਂ, ਘਰ 'ਚ ਤਾਂ ਭਾਜੀ ਮੈਂ ਖੁਸ਼ ਹਾਂ ਜੀ। ਅਤੇ ਹੁਣ ਵਿਦੇਸ਼ ਜਾਓਗੇ ਦੁਬਾਰਾ ਕਿ ਨਹੀਂ? ਨਹੀਂ ਭਾਜੀ, ਮੈਂ ਵਿਦੇਸ਼ ਨਹੀਂ ਜਾਣਾ ਭਾਜੀ ਦੁਬਾਰਾ। ਸੋਸ਼ਲ ਵਰਕਰ ਅਮਨਜੋਤ ਕੌਰ ਰਾਮੂਵਾਲੀਆ ਹੁਣ ਤੱਕ ਕਈ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਜੋ ਕਿ ਵਿਦੇਸ਼ਾਂ ਦੀ ਧਰਤੀ ਤੇ ਨਰਕ ਭੋਗ ਰਹੇ ਸਨ, ਉਹਨਾਂ ਨੂੰ ਬਚਾ ਚੁੱਕੀ ਹੈ। ਅਮਨਜੋਤ ਕੌਰ ਰਾਮੂਵਾਲੀਆ ਨੇ ਜਿੱਥੇ ਨੌਜਵਾਨਾਂ ਨੂੰ ਆਪਣੇ ਹੀ ਦੇਸ਼ 'ਚ ਰਹਿ ਕੇ ਵਧੀਆ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ, ਉੱਥੇ ਹੀ ਉਹਨਾਂ ਸਰਕਾਰਾਂ ਨੂੰ ਵੀ ਅਜਿਹੇ ਧੋਖੇਬਾਜ਼ ਏਜੰਟਾਂ ਉੱਤੇ ਸ਼ਿਕੰਜਾ ਕੱਸਣ ਦੀ ਅਪੀਲ ਕੀਤੀ ਹੈ। ਇਹ ਇਲੀਗਲੀ ਉੱਥੇ ਸੀਗਾ, ਇਹਨੂੰ ਏਜੰਟ ਨੇ ਕਿਹਾ ਕਿ ਮੈਂ ਤੇਰਾ ਵਰਕ ਪਰਮਿਟ ਲਵਾਤਾ। ਅਸਲ ਦੇ ਵਿੱਚ ਇਹਦਾ ਉਹ ਵਿਜ਼ਟਰ ਵੀਜ਼ਾ ਸੀ, ਵਿਜ਼ਟਰ ਵੀਜ਼ਾ 15 ਦਿਨਾਂ ਬਾਅਦ ਖਤਮ ਹੋ ਗਿਆ, ਜਦੋਂ ਉਦੋਂ ਬਾਅਦ ਇਹ 'ਤੇ ਤਸ਼ੱਦਦ ਦਾ ਦਿਨ ਸ਼ੁਰੂ ਹੋਇਆ ਕਿ ਹੁਣ ਤੇਰੇ ਕੋਲ ਕੁਛ ਨਹੀਂ ਹੈ, ਤੂੰ ਇਲੀਗਲ ਆ, ਔਰ ਤੈਨੂੰ ਅਸੀਂ ਜਿਵੇਂ ਕਹਾਂਗੇ ਉਵੇਂ ਵਰਤਾਂਗੇ। ਇਹਨੂੰ ਮੈਂਟਲੀ ਟੋਰਚਰ ਕੀਤਾ ਗਿਆ, ਹੁਣ ਵੀ ਦੇਖਿਆ ਜਾਵੇ ਤਾਂ ਉਹਨੂੰ ਕੁਛ ਯਾਦ ਨਹੀਂ ਰਹਿ ਰਿਹਾ। ਇਹ 9 ਤਰੀਕ ਨੂੰ, ਹੁਣ 9 ਜਨਵਰੀ ਨੂੰ ਅਸੀਂ ਇਹਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਉਤਰਿਆ, ਔਰ ਮੈਂ ਇਹੀ ਰਿਕੁਐਸਟ ਕਰਾਂਗੀ ਪੰਜਾਬ ਦੇ ਯੂਥ ਨੂੰ ਕਿ ਵਿਦੇਸ਼ ਜਾਣ ਦੀ ਬਜਾਏ ਤੁਸੀਂ ਆਪਦੇ ਦੇਸ਼ ਵਿੱਚ ਕੰਮ ਕਰੋ। ਇਹ ਇੱਕ ਬਹੁਤ ਵੱਡਾ, ਮਤਲਬ ਕਿ ਸਾਰਾ ਇੱਕ ਸੰਗਠਨ ਆ, ਜਿਹੜੀ ਚੇਨ ਬਣੀ ਹੋਈ ਆ ਉਹਨੂੰ ਤੋੜਨ ਲਈ ਤਾਂ ਸਰਕਾਰਾਂ ਅਤੇ ਪੁਲਿਸ ਅਹਿਮ ਭੂਮਿਕਾ ਨਿਭਾ ਸਕਦੀ ਹੈ, ਜਿਹੜੀ ਨਿਭਾਉਣੀ ਚਾਹੀਦੀ ਹੈ। ਪੰਜਾਬ ਦੀਆਂ ਮਾਵਾਂ ਆਪਦੇ ਪੁੱਤਾਂ ਨੂੰ ਇਸ ਲਈ ਜਨਮ ਨਹੀਂ ਦਿੰਦੀਆਂ ਕਿ ਵਿਦੇਸ਼ਾਂ 'ਚ ਜਾ ਕੇ ਰੁਲਣ ਅਤੇ ਮਰ ਜਾਣ, ਔਰ ਇਸ ਲਈ ਸਰਕਾਰ ਜ਼ਿੰਮੇਦਾਰ ਆ, ਪੁਲਿਸ ਜ਼ਿੰਮੇਦਾਰ ਆ, ਪ੍ਰਸ਼ਾਸਨ ਜ਼ਿੰਮੇਦਾਰ ਆ, ਉਹਨਾਂ ਨੂੰ ਚਾਹੀਦਾ ਕਿ ਸਖ਼ਤ ਕਦਮ ਉਠਾਏ ਜਾਣ। ਮਨਦੀਪ ਸਿੰਘ ਉਸ ਸਮੇਂ ਘਰ ਵਾਪਸ ਆਇਆ ਜਦ ਉਸਦੀ ਮਾਂ ਦੀ ਵੀ ਉਸਦੇ ਘਰ ਆਉਣ ਦੀ ਆਸ ਮੁੱਕ ਚੁੱਕੀ ਸੀ। ਆਪਣੇ ਪੁੱਤਰ ਨੂੰ ਇੰਨਾ ਤਸ਼ੱਦਦ ਭੋਗਦਿਆਂ ਦੇਖ ਮਨਦੀਪ ਸਿੰਘ ਦੀ ਮਾਂ ਉੱਤੇ ਜੋ ਬੀਤੀ ਉਸਦਾ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ। ਆਸ ਨਹੀਂ ਸੀ ਹੈਗੀ, ਬਹੁਤ ਰੋਂਦੇ ਖੱਪਦੇ ਸੀ, ਫਿਰ ਸ਼ਾਮਾਂ ਨੂੰ ਢੇਰੀ ਢਾ ਕੇ ਬਹਿ ਜਾਂਦੇ ਸੀ, ਛੋਟੀਆਂ ਛੋਟੀਆਂ ਦੀਆਂ ਬੱਚੀਆਂ, ਸਾਨੂੰ ਆਸ ਨਹੀਂ ਸੀ ਹੈਗੀ। ਹਾਂਜੀ, ਇਹਨਾਂ ਦਾ ਬਹੁਤ ਧੰਨਵਾਦ, ਇਹਨਾਂ ਨੇ ਸਾਡੇ ਬੇਟੇ ਨੂੰ ਵਾਪਸ ਮੰਗਾਇਆ। ਹੋਰ ਮਾਵਾਂ ਨੂੰ ਇਹੋ ਹੀ ਕਹਿੰਦੀ ਹਾਂ ਕਿ ਮੇਰੇ ਵਾਂਗੂ ਨਾ ਰੁਲੋ, ਨਾ ਘਲਾਓ ਵਿਦੇਸ਼ ਬੱਚੇ, ਇੱਧਰ ਹੀ ਕਮਾਈ ਬਹੁਤ ਹੈਗੀ ਹੈ ਬੱਚਿਆਂ। ਮਨਦੀਪ ਹੁਣ ਮੁੜ ਕੇ ਕਦੀ ਵੀ ਵਿਦੇਸ਼ ਨਹੀਂ ਜਾਣਾ ਚਾਹੁੰਦਾ। ਪਿਛਲੇ 8 ਮਹੀਨਿਆਂ ਦੀਆਂ ਕਾਲੀਆਂ ਯਾਦਾਂ ਨੇ ਸ਼ਾਇਦ ਮਨਦੀਪ ਨੂੰ ਇੰਨੀ ਅੰਦਰ ਤੱਕ ਝੰਜੋੜ ਦਿੱਤਾ ਹੈ ਕਿ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਵੀ ਉਸਦੀਆਂ ਬੁਰੀਆਂ ਯਾਦਾਂ ਉਸਦੇ ਚਿਹਰੇ ਉੱਤੇ ਮੁਸਕਾਨ ਨਹੀਂ ਆਉਣ ਦੇ ਰਹੀਆਂ। ਇੱਥੇ ਵਿਦੇਸ਼ ਜਾਣ ਦੀ ਚਾਹਵਾਨ ਪੀੜ੍ਹੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਸਹੀ ਰਸਤੇ ਹੀ ਵਿਦੇਸ਼ ਜਾਣ, ਅਤੇ ਜੇਕਰ ਕੋਈ ਉਹਨਾਂ ਨੂੰ ਸੁਨਹਿਰੇ ਸੁਪਨੇ ਦਿਖਾਉਂਦਾ ਹੈ ਤਾਂ ਉਸ ਉੱਤੇ ਅੱਖਾਂ ਬੰਦ ਕਰਕੇ ਯਕੀਨ ਨਾ ਕੀਤਾ ਜਾਵੇ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਰਾਜਪੂਤ, TV ਪੰਜਾਬ।